ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰ ਤੇ ਨਜ਼ਰ ਸ਼ੋਅ ਦੇ ਵਿੱਚ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਰੋਜ਼ਾਨਾ ਦੀ ਤਰ੍ਹਾਂ ਸੰਪਾਦਕ ਰੋਜ਼ਾਨਾ ਚੜ੍ਹਦੀ ਕਲਾ ਦਰਸ਼ਨ ਸਿੰਘ ਜੀ ਦਰਸ਼ਕ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਵਾਗਤ ਹੈ ਜੀ ਆਪ ਜੀ ਦਾ। ਸਤਿ ਸ੍ਰੀ ਅਕਾਲ ਦਰਸ਼ਕ ਜੀ, ਪਹਿਲਾਂ ਜੋ ਕੈਬਨਿਟ ਮੀਟਿੰਗ ਵਿੱਚ ਇੱਕ ਫੈਸਲਾ ਲਿਆ ਗਿਆ ਸੀ ਕਾਫੀ ਸਮਾਂ ਪਹਿਲਾਂ ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਜਿਹੜਾ ਪਹਿਲਾ ਜਥਾ ਜਾਏਗਾ ਉਹਦੇ ਵਿੱਚ ਜੋ ਮੰਤਰੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵਫਦ ਦੀ ਅਗਵਾਈ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਕਰਨਗੇ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਆਇਆ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਮੇਰੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਨਦੀਪ ਜੀ, ਗੱਲ ਇਹ ਹੈ ਕਿ ਜਿਹੜਾ ਹੈਗਾ, ਕੱਲ੍ਹ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਸੀਗੇ, ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪਣੇ ਰਾਸ਼ਟਰਪਤੀ ਕੋਵਿੰਦ ਜੀ ਨੂੰ ਮਿਲੇ ਸੀਗੇ। ਨਾਲ ਨਾਲ ਉਹ ਡਾਕਟਰ ਮਨਮੋਹਨ ਸਿੰਘ ਨੂੰ ਵੀ ਸੱਦਾ ਦੇਣ ਗਏ ਸੀਗੇ ਅਤੇ ਜਿਹੜੇ ਹੈ ਆਪਣੇ 550 ਜਿਹੜੇ ਆਪਣੇ ਸਮਾਗਮ ਹੋਣੇ ਨੇ ਵੀ ਉਹਦੇ ਵਿੱਚ ਸ਼ਾਮਿਲ ਹੋਵੋ। ਅਤੇ ਇਹਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਜੀ ਨੇ ਵੀ ਅਤੇ ਪ੍ਰਧਾਨ ਮੰਤਰੀ ਜੀ ਨੇ ਵੀ ਇਸ ਗੱਲ 'ਤੇ ਹਾਮੀ ਭਰ ਦਿੱਤੀ ਹੈ। ਅਤੇ ਜਿਹੜਾ ਉਸ ਦਿਨ ਜਿਹੜਾ ਜਥਾ ਜਾਣਾ ਉੱਥੇ ਪਹਿਲਾਂ ਮੱਥਾ ਟੇਕਣ ਵਾਸਤੇ, ਇਹਦੇ ਬਾਰੇ ਹਾਲੇ ਥੋੜ੍ਹੇ ਜਿਹਾ ਕਨਫਿਊਜ਼ਨ ਵੀ ਪੈਦਾ ਹੋਈ ਹੈ ਭੰਬਲਪੁਰ ਸਾਹਿਬ ਵੀ ਹੈ ਕਿ ਜਿਹੜੇ ਡਾਕਟਰ ਮਨਮੋਹਨ ਸਿੰਘ ਉੱਥੇ ਜਾਣਗੇ ਕਿ ਨਹੀਂ ਜਾਣਗੇ। ਕੁਛ ਅਖਬਾਰਾਂ ਨੇ ਤਾਂ ਇਹ ਲਿਖਿਆ ਵੀ ਉਹ ਜਾਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਤੋਂ ਇਨਕਾਰ ਕਰਦੇ ਆ ਵੀ ਉਹ ਜਾਣਗੇ ਨਹੀਂ। ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਦਿਨੀ ਪਾਕਿਸਤਾਨ ਨੇ ਇੱਕ ਕਿਹਾ ਸੀਗਾ ਕਿ ਵੀ ਅਸੀਂ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਸੱਦਾ ਦੇਵਾਂਗੇ ਉੱਥੇ ਦੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੇ ਲਈ। ਉਹ ਜਿਹੜਾ ਸਮਾਗਮ ਹੈ ਉਸ ਦੇ ਵਿੱਚ ਇਸ ਗੱਲ ਸਾਹਮਣੇ ਆਈ ਸੀਗੀ ਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਸਮਾਗਮਾਂ ਵਿੱਚ ਸ਼ਾਮਿਲ ਨਹੀਂ ਹੋਣ ਜਾ ਰਹੇ ਅਤੇ ਹੁਣ ਸਥਿਤੀ ਥੋੜ੍ਹੀ ਦੇਰ ਵੱਲੋਂ ਸਪੱਸ਼ਟ ਹੋ ਜੂਗੀ ਕਿ ਅਸਲ ਦੇ ਵਿੱਚ ਕੀ ਹੈਗੀ ਆ। ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਸਟੈਂਡ ਹੈ ਉਹ ਇਸ ਲਈ ਉਹ ਨਾ ਕਰ ਰਹੇ ਨੇ ਕਿ ਜਦੋਂ ਤੁਹਾਨੂੰ ਯਾਦ ਹੋਊਗਾ ਕਿ ਆਪਣਾ ਨਵਜੋਤ ਸਿੰਘ ਸਿੱਧੂ ਗਏ ਸੀਗੇ ਪਾਕਿਸਤਾਨ ਦੇ ਵਿੱਚ ਤਾਂ ਉਸ ਸਮੇਂ ਜਿਹੜਾ ਹੈਗਾ ਜਨਰਲ ਬਾਜਵਾ ਦੇ ਨਾਲ ਜਦੋਂ ਨਵਜੋਤ ਸਿੰਘ ਸਿੱਧੂ ਨੇ ਜੱਫੀ ਪਾਈ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਵੀ ਉਹਨਾਂ 'ਤੇ ਇਤਰਾਜ਼ ਕੀਤਾ ਸੀਗਾ। ਉਹਨਾਂ ਦਾ ਕਹਿਣਾ ਹੈ ਕਿ ਮੈਂ ਇੱਕ ਫੌਜੀ ਹਾਂ ਅਤੇ ਪਾਕਿਸਤਾਨੀ ਫੌਜ ਸਾਡੇ ਫੌਜੀਆਂ ਨੂੰ ਮਾਰ ਰਹੀ ਹੈ ਅਤੇ ਇਸ ਗੱਲ ਕਰਕੇ ਮੈਂ ਕਿ ਪਾਕਿਸਤਾਨ ਦੇ ਨਾਲ ਕੋਈ ਸੰਬੰਧ ਰੱਖਣਾ ਨਹੀਂ ਚਾਹੁੰਦਾ ਹੈਗਾ ਅਤੇ ਇਹੀ ਸਟੈਂਡ ਹੁਣ ਵੀ ਹੈ ਅਤੇ ਇਸੇ ਗੱਲ ਕਰਕੇ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਹੈਗੇ। ਅਤੇ ਇਹ ਕੱਲ੍ਹ ਜਦੋਂ ਉਹਨਾਂ ਨੂੰ ਮੀਡੀਆ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਜਾਓਗੇ ਕਿ ਨਹੀਂ ਜਾਓਗੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਹੈਗਾ ਅਤੇ ਉਂਝ ਇਹ ਹੈ ਕਿ ਉਸ ਦਿਨ ਜਿਹੜਾ ਹੈਗਾ ਪੰਜਾਬ ਦਾ ਇੱਕ ਵਫਦ ਜਾਊਗਾ ਉੱਥੇ ਮੱਥਾ ਟੇਕਣ ਜਾਊਗਾ ਅਤੇ ਇਹ ਵੀ ਖਬਰਾਂ ਨੇ ਕਿ ਜਿਹੜੇ ਉਸ ਵਫਦ ਦੇ ਵਿੱਚ ਜਿਹੜਾ ਹੈਗਾ ਡਾਕਟਰ ਮਨਮੋਹਨ ਸਿੰਘ ਵੀ ਜਾਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸਲ ਦੇ ਵਿੱਚ ਸਥਿਤੀ ਸਪੱਸ਼ਟ ਹੋ ਜਾਏਗੀ। ਜੀ ਦਰਸ਼ਕ ਜੀ, ਜਦੋਂ ਕੈਪਟਨ ਸਰਕਾਰ ਬਣਨੀ ਸੀ ਤਾਂ ਵਾਅਦੇ ਕੀਤੇ ਗਏ ਸੀ ਕਿ ਨਸ਼ਿਆਂ ਨੂੰ ਬਿਲਕੁਲ ਖਤਮ ਕੀਤਾ ਜਾਵੇਗਾ, ਗੁਟਕਾ ਸਾਹਿਬ ਦੀ ਸੌਂ ਵੀ ਖਾਧੀ ਗਈ ਸੀ, ਨਸ਼ਿਆਂ ਦਾ ਲੱਕ ਤੋੜ ਦਿੱਤਾ ਜਾਵੇਗਾ, ਕੈਪਟਨ ਸਾਹਿਬ ਦੇ ਬਿਆਨ ਸੀ। ਹੁਣ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ ਸਰਕਾਰ। ਵਿਰੋਧੀ ਕਹਿ ਰਹੇ ਨੇ ਕਿ ਇਹਨਾਂ ਨੇ ਤਾਂ ਲੱਕ ਕੀ ਤੋੜਨਾ ਸੀ, ਸਗੋਂ ਨਸ਼ਾ ਤਸਕਰ ਜਿਹੜਾ ਨੇ ਉਹ ਸਰਕਾਰ ਦਾ ਲੱਕ ਤੋੜ ਰਹੇ ਨੇ। ਮਨਦੀਪ ਜੀ, ਗੱਲ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿੱਥੋਂ ਅਜਿਹਾ ਲੱਗਦਾ ਹੈ ਕਿ ਜਿਹੜੇ ਤਸਕਰ ਹੈਗੇ ਨੇ ਉਹਨਾਂ ਦੇ ਹੌਸਲੇ ਕਾਫੀ ਜ਼ਿਆਦਾ ਵੱਧ ਗਏ ਨੇ। ਉਹ ਜਿਹੜੇ ਹੈ ਪੁਲਿਸ ਨੂੰ ਬੜੇ ਮਤਲਬ ਟਿੱਚ ਜਾਣ ਰਹੇ ਨੇ ਅਤੇ ਉਹਨਾਂ 'ਤੇ ਹਮਲੇ ਵੀ ਕਰ ਰਹੇ ਨੇ। ਤੁਹਾਨੂੰ ਪਤਾ ਹੈ ਕਿ ਕੱਲ੍ਹ ਵੀ ਆਪਾਂ ਇੱਕ ਪ੍ਰੋਗਰਾਮ ਕੀਤਾ ਸੀਗਾ, ਉਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਜਿਹੜੇ ਹੈਗਾ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਉਹ ਜ਼ਰੂਰ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹਨਾਂ ਦੇ ਇੱਕ ਟਾਸਕ ਫੋਰਸ ਦੀ ਟੁਕੜੀ ਦੇ ਨਾਲ ਮੁੱਠਭੇੜ ਦੇ ਦੌਰਾਨ ਇੱਕ ਜਿਹੜਾ ਸਿਪਾਹੀ ਮਾਰਿਆ ਵੀ ਗਿਆ ਸੀਗਾ ਅਤੇ ਇਸ ਤੋਂ ਇਲਾਵਾ ਜਿਹੜੇ ਇਹ ਤਸਕਰ ਨੇ ਉਹ ਪਾਕਿਸਤਾਨ ਤੋਂ ਹਥਿਆਰ ਵੀ ਮੰਗਾ ਰਹੇ ਨੇ। ਅਤੇ ਹੁਣ ਜਿਹੜੇ ਹਮਲਿਆਂ ਦੀ ਗੱਲ ਹੈ ਉਹ ਜਿਹੜਾ ਹੈਗਾ ਸਾਡੀ ਆਮ ਆਦਮੀ ਪਾਰਟੀ ਹੈ ਜਿਹੜੀ ਕਿ ਮੁੱਖ ਵਿਰੋਧੀ ਧਿਰ ਹੈ, ਹਰਪਾਲ ਸਿੰਘ ਚੀਮਾ ਉਹਨਾਂ ਦੇ ਨੇਤਾ ਨੇ, ਉਹਨਾਂ ਨੇ ਦੋਸ਼ ਲਾਇਆ ਕਿ ਜਿਹੜੀ ਇਹ ਤਸਕਰ ਸਰਕਾਰ ਦੇ ਹੀ ਲੱਕ ਤੋੜ ਰਹੇ ਨੇ। ਅਤੇ ਉਹਨਾਂ ਨੇ ਮਤਲਬ ਇੱਥੋਂ ਨੂੰ ਯਾਦ ਹੀ ਹੋਊਗਾ ਕਿ ਪਿਛਲੇ ਦਿਨੀ ਆਪਣਾ ਚੁਗਾਵਾਂ ਦੇ ਵਿੱਚ ਜਿਹੜੀ ਹੈਗੀ ਪੁਲਿਸ ਪਾਰਟੀ ਤਸਕਰਾਂ ਨੂੰ ਫੜਨ ਗਈ ਸੀਗੀ ਤਾਂ ਪੁਲਿਸ ਪਾਰਟੀ ਨੂੰ ਹੀ ਉਹਨਾਂ ਨੇ ਫੜ ਲਿਆ ਸੀ ਤਾਂ ਥਾਣੇਦਾਰ ਦੀ ਕੁੱਟਮਾਰ ਵੀ ਕੀਤੀ ਸੀਗੀ। ਉਸ ਸੰਬੰਧ ਵਿੱਚ ਜਿਹੜੀ ਪੁਲਿਸ ਹੈ ਮੂਕ ਦਰਸ਼ਕ ਜਿਹੜੇ ਬਾਕੀ ਦੇ ਨਾਲ ਮੁਲਾਜ਼ਮ ਸੀ ਮੂਕ ਦਰਸ਼ਕ ਬਣੇ ਰਹੇ
ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਦਾ ਸਖ਼ਤ ਨੋਟਿਸ ਲਿਆ ਸੀਗਾ ਅਤੇ ਉਹਨਾਂ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਬਰਤਰਫ ਕਰ ਦਿੱਤਾ ਸੀਗਾ। ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਕੱਲ੍ਹ ਵੀ ਇੱਕ ਅਜਿਹੀ ਘਟਨਾ ਵਾਪਰੀ ਜਿਹੜੀ ਕਿ ਥਾਣਾ ਬਲਟੋਹਾ 'ਚ ਵਾਪਰੀ ਸੀ। ਬਿਲਕੁਲ ਜੀ, ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਗਏ, ਪੁਲਿਸ 'ਤੇ ਹਮਲਾ ਹੋ ਗਿਆ ਅਤੇ ਉਹ ASI ਸਤਨਾਮ ਸਿੰਘ ਦੀ ਅਗਵਾਈ ਦੇ ਵਿੱਚ ਪਾਰਟੀ ਗਈ ਸੀਗੀ ਤਾਂ ਉਹਦੇ ਉੱਤੇ ਵੀ ਹਮਲਾ ਕਰ ਦਿੱਤਾ ਗਿਆ ਅਤੇ ਕੈਂਚੀ ਦੇ ਨਾਲ ਜਿਹੜਾ ਹੈਗਾ ਇੱਕ ਵਿਰਾਜ ਸਿੰਘ ਪੁਲਿਸ ਮੁਲਾਜ਼ਮ ਸੀਗਾ ਉਹਦੇ 'ਤੇ ਕੈਂਚੀਆਂ ਮਾਰੀਆਂ ਗਈਆਂ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੈ। ਇਸ ਗੱਲ ਕਰਕੇ ਇਹ ਵੀ ਹੁਣ ਬਹੁਤ ਜ਼ਰੂਰੀ ਬਣ ਗਿਆ ਕਿ ਪੁਲਿਸ ਦਾ ਮਨੋਬਲ ਵੀ ਉੱਚਾ ਚੁੱਕਣਾ ਚਾਹੀਦਾ ਹੈ। ਜੇ ਇਹਨਾਂ ਤਸਕਰ ਇਸੇ ਤਰੀਕੇ ਨਾਲ ਹਮਲੇ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਮੁਲਾਜ਼ਮ ਜ਼ਰੂਰਤ ਨਹੀਂ ਕਰ ਸਕਿਆ ਕਰਨਗੇ ਇਹਨਾਂ ਜਿਹੜੇ ਹੈਗਾ ਤਸਕਰਾਂ ਨੂੰ ਫੜਨ ਦੀ। ਜੀ ਬਿਲਕੁਲ ਜੀ, ਹੁਣ ਅਵਾਰਾ ਪਸ਼ੂਆਂ ਦੀ ਗੱਲ ਕਰ ਲਈਏ ਦਰਸ਼ਕ ਜੀ, ਤਾਂ ਆਏ ਦਿਨ ਕੋਈ ਨਾ ਕੋਈ ਜਿਹੜੀ ਦੁਰਘਟਨਾ ਵਾਪਰਦੀ ਰਹਿੰਦੀ ਹੈ, ਅਵਾਰਾ ਪਸ਼ੂਆਂ ਦੇ ਕਾਰਨ ਸੜਕ 'ਤੇ ਆ ਜਾਂਦੇ ਨੇ, ਫਿਰ ਹਾਦਸੇ ਵਾਪਰ ਜਾਂਦੇ ਨੇ। ਹੁਣ ਜੋ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਦੇ ਲਈ ਕੈਬਨਿਟ ਸਬ ਕਮੇਟੀ ਜਿਹੜੀ ਹੈ ਉਹ ਜਲਦ ਹੁਣ ਠੋਸ ਕਦਮ ਚੁੱਕੇਗੀ। ਹਾਂਜੀ, ਜਿਹੜੇ ਸਾਡੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਬ੍ਰਹਮਿੰਦਰਾ ਜੀ, ਉਹਨਾਂ ਨੇ ਇਸ ਗੱਲ ਦਾ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਹ ਗੱਲ ਦੱਸੀ ਹੈ ਕਿ ਜਿਹੜੀ ਕੈਬਨਿਟ ਸਬ ਕਮੇਟੀ ਹੈ ਇਸ ਸੰਬੰਧ 'ਚ ਠੋਸ ਕਦਮ ਚੁੱਕੇਗੀ। ਅਤੇ ਇਸ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਵਿਆਪਕ ਨੀਤੀ ਬਣਾਈ ਜਾ ਰਹੀ ਹੈ ਅਤੇ ਉਹਨਾਂ ਨੇ ਜਿਹੜੇ ਹੈਗੇ ਅਵਾਰਾ ਪਸ਼ੂਆਂ ਦੇ ਸੰਬੰਧ ਵਿੱਚ ਨਿਰਦੇਸ਼ ਦਿੱਤੇ ਆ। ਜਿਹੜੀਆਂ ਜਿੰਨੇ ਵੀ ਹੈਗੇ ਮਿਊਂਸੀਪਲ ਕਾਰਪੋਰੇਸ਼ਨ, ਮਿਊਂਸੀਪਲ ਕਮੇਟੀਆਂ, ਨਗਰ ਪੰਚਾਇਤਾਂ, ਅਤੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਇਸ ਸੰਬੰਧ 'ਚ ਸੁਝਾਅ ਦੇਣ ਵੀ ਇਹਨਾਂ ਨੂੰ ਕਿਵੇਂ ਕਾਬੂ ਪਾਇਆ ਜਾਂਦਾ ਹੈ ਅਤੇ ਉਸ ਸੰਬੰਧ ਜਿਹੜੇ ਸੁਝਾਵਾਂ ਦੇ ਆਧਾਰ ਦੇ ਉੱਤੇ ਕੋਈ ਨੀਤੀ ਬਣਾਈ ਜਾਊਗੀ। ਅਤੇ ਉਹਨਾਂ ਨੇ ਦੱਸਿਆ ਕਿ ਅਗਲੇ ਮਹੀਨੇ ਇਸ ਸੰਬੰਧ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਅਤੇ ਉੱਥੇ ਜਿਹੜੇ ਹੈਗੇ ਕੋਈ ਜਿਹੜੇ ਵੀ ਕਦਮ ਚੁੱਕੇ ਜਾਣੇ ਆ ਅਤੇ ਉਹ ਚੁੱਕਣੇ ਵੀ ਚਾਹੀਦੇ ਆ, ਕਿਉਂਕਿ ਆਪਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ ਵੀ ਸਰਕਾਰ ਜਿਹੜੀ ਹੈਗੀ ਹੈ ਗਊ ਸੈਸ ਲਾਉਂਦੀ ਹੈ। ਗਊ ਸੈਸ ਦਾ ਮਤਲਬ ਇਹ ਹੈ ਕਿ ਉਸਨੂੰ ਆਮਦਨ ਹੁੰਦੀ ਹੈ, ਇਸ ਆਮਦਨ ਦੇ ਆਧਾਰ 'ਤੇ ਜਿਹੜੇ ਹੈਗੇ ਅਵਾਰਾ ਪਸ਼ੂਆਂ ਦੇ ਉੱਤੇ ਵੀ ਕਾਬੂ ਪਾਇਆ ਜਾਣਾ ਚਾਹੀਦਾ ਹੈਗਾ। ਅਤੇ ਜੇਕਰ ਠੀਕ ਹੈ, ਜੇਕਰ ਸਰਕਾਰ ਇਸ 'ਤੇ ਕਦਮ ਚੁੱਕਦੀ ਹੈ ਤਾਂ ਇੱਕ ਵਧੀਆ ਗੱਲ ਹੈ, ਸਵਾਗਤਯੋਗ ਇਹ ਬਿਆਨ ਹੈਗਾ। ਬਿਲਕੁਲ ਜੀ, ਚਲੋ ਜਦੋਂ ਕਦਮ ਚੁੱਕੇਗੀ ਕੁਛ ਹੱਲ ਹੋਏਗਾ ਫਿਰ ਦੇਖੀ ਜਾਏਗੀ, ਪਰ ਫਿਲਹਾਲ ਲੋਕਾਂ 'ਚ ਤਾਂ ਬਹੁਤ ਗੁੱਸਾ ਜੀ, ਲੋਕ ਜਿਹੜੇ ਨੇ ਪ੍ਰਸ਼ਾਸਨ ਦੇ ਖਿਲਾਫ਼ ਉੱਤਰ ਆਏ ਨੇ। ਹਾਂਜੀ ਹਾਂ, ਇਹ ਤੁਹਾਨੂੰ ਇੱਧਰ ਮਾਨਸਾ ਜ਼ਿਲ੍ਹੇ ਦੇ ਵਿੱਚ ਤਾਂ ਜਿਹੜੀ ਕਿਸਾਨ ਯੂਨੀਅਨ ਵੱਲੋਂ ਧਰਨਾ ਵੀ ਦਿੱਤਾ ਜਾ ਰਿਹਾ, ਅੱਜ ਮੇਰੇ ਖਿਆਲ 21ਵਾਂ 22ਵਾਂ ਦਿਨ ਹੋਊਗਾ ਵੀ ਇਹਨਾਂ ਅਵਾਰਾ ਪਸ਼ੂਆਂ ਦੇ ਉੱਤੇ ਕਾਬੂ ਪਾਇਆ ਜਾਵੇ ਜੀ। ਅਤੇ ਇਸੇ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਜਿਹੜੀ ਹਿੰਦੂ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਵੀ ਜਿਹੜਾ ਹੈਗਾ ਅਵਾਰਾ ਪਸ਼ੂਆਂ 'ਤੇ ਕਾਬੂ ਪਾਉਣ ਦੇ ਲਈ ਕਿਹਾ ਸੀਗਾ ਕਿ ਕੋਈ ਨਾ ਕੋਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਆ। ਅਤੇ ਹੁਣ ਜਿਹੜਾ ਫਿਰੋਜ਼ਪੁਰ ਦੇ ਵਿੱਚ ਹੈਗੀ ਹੈ ਸ਼ਹੀਦ ਊਧਮ ਸਿੰਘ ਕਲੱਬ ਹੈ, ਉਹਨਾਂ ਨੇ ਇੱਕ ਨਵੇਂ ਤਰੀਕੇ ਦੇ ਨਾਲ ਇਹ ਆਪਣਾ ਰੋਸ ਪ੍ਰਗਟ ਕੀਤਾ। ਉਹਨਾਂ ਨੇ ਸਾਰੇ ਪਸ਼ੂ ਇਕੱਠੇ ਕਰਕੇ DC ਦਫ਼ਤਰ ਦੇ ਵਿੱਚ ਵਾੜਤੇ ਜੀ। ਅਤੇ ਉਹਨਾਂ ਆਮ ਤੌਰ 'ਤੇ ਪਹਿਲਾਂ ਵੀ ਟਰਾਲੀਆਂ 'ਚ ਲੱਦ ਕੇ ਲੈ ਜਾਂਦੇ ਨੇ ਕਿਸਾਨ ਜੀ। ਅਤੇ ਉਹਦੇ ਵਿੱਚ ਕੀ ਹੋਇਆ ਵੀ ਹੁਣ ਦੇਖੋ ਵੀ ਇਹ ਸਰਕਾਰ ਗੰਭੀਰ ਹੁੰਦੀ ਹੈ ਕਿ ਨਹੀਂ ਹੁੰਦੀ, ਜਿਵੇਂ ਆਪਾਂ ਪਹਿਲਾਂ ਬ੍ਰਹਮਿੰਦਰਾ ਜੀ ਦੀ ਗੱਲ ਕੀਤੀ ਹੈ ਜੀ। ਅਤੇ ਇਹਦੇ ਵਿੱਚ ਸਰਕਾਰ ਨੂੰ ਗੰਭੀਰ ਹੋਣਾ ਹੀ ਪੈਣਾ ਹੈ, ਕਿਉਂਕਿ ਸਾਡੇ ਬਹੁਤ ਸਾਰੇ ਲੋਕ ਜਿਹੜੇ ਹੈ ਅਜਾਈਂ ਮਾਰੇ ਜਾਂਦੇ ਨੇ ਜਦੋਂ ਐਕਸੀਡੈਂਟ ਹੁੰਦੇ ਨੇ, ਕਈ ਕਈ ਪਰਿਵਾਰਾਂ ਦੇ ਲੋਕ ਮਾਰੇ ਜਾਂਦੇ ਨੇ, ਅਤੇ ਇਹ ਅਵਾਰਾ ਪਸ਼ੂਆਂ ਦਾ ਜਿਹੜਾ ਕੋਈ ਨਾ ਕੋਈ ਹੱਲ ਹੋਣਾ ਹੀ ਚਾਹੀਦਾ ਹੈਗਾ ਜੀ। ਜੀ ਦਰਸ਼ਕ ਜੀ, ਜੋ ਖੁਫੀਆ ਏਜੰਸੀਆਂ ਅਲਰਟ 'ਤੇ ਹੋ ਗਈਆਂ ਨੇ, ਦਿੱਲੀ ਵਿੱਚ ਅੱਤਵਾਦੀਆਂ ਦੇ ਦਾਖਲ ਹੋਣ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ। ਮਨਦੀਪ ਜੀ, ਅਸਲ ਦੇ ਵਿੱਚ ਤੁਸੀਂ ਦੇਖਿਆ ਹੀ ਹੋਊਗਾ ਕਿ ਜਦੋਂ ਤਿਉਹਾਰਾਂ ਦੇ ਦਿਨ ਹੁੰਦੇ ਨੇ ਜੀ, ਜਿਹੜੇ ਬਾਜ਼ਾਰ ਹੁੰਦੇ ਨੇ ਬੜੇ ਭੀੜ ਭੜੱਕੇ ਵਾਲੇ ਹੋ ਜਾਂਦੇ ਨੇ, ਅਤੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਦੇ ਉੱਤੇ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ, ਅਤੇ ਅਕਸਰ ਇਹ ਵੀ ਦੇਖਿਆ ਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਇਹ ਅੱਤਵਾਦੀ ਜਥੇਬੰਦੀਆਂ ਵੀ ਸਰਗਰਮ ਹੋ ਜਾਂਦੀਆਂ ਨੇ। ਅਤੇ ਇਹ ਜਿਹੜੀ ਖੁਫੀਆ ਏਜੰਸੀਆਂ ਨੇ ਜਿਹੜੀ ਦਿੱਤੀ ਹੈ ਰਿਪੋਰਟ ਕਿ ਜੈਸ਼ੇ ਮੁਹੰਮਦ ਦੇ ਜਿਹੜੇ ਅੱਤਵਾਦੀ ਹੈ ਉਹ ਇਸ ਸਮੇਂ ਸਰਗਰਮ ਨੇ ਅਤੇ 3-4 ਜਿਹੜੇ ਹੈ ਰਾਜਧਾਨੀ ਦੇ ਵਿੱਚ ਦਾਖਲ ਹੋ ਚੁੱਕੇ ਹੈ। ਅਤੇ ਇਸ ਗੱਲ ਕਰਕੇ ਸਰਕਾਰ ਨੇ ਉੱਥੇ ਜਿਹੜਾ ਹੈਗਾ ਉੱਥੇ ਪੁਲਿਸ ਹੈ ਉਹਨਾਂ ਨੇ ਕਾਫੀ ਚੌਕਸੀ ਵਰਤੀ ਜਾ ਰਹੀ ਹੈ, ਥਾਂ ਥਾਂ 'ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਤਾਂ ਜੋ ਜਿਹੜਾ ਹੈਗਾ ਅਗਾਂਹ ਜਿਹੜਾ ਹੈਗਾ ਬੰਦੋਬਸਤ ਹੋ ਸਕੇ, ਕੋਈ ਇਹੋ ਜਿਹੀ ਘਟਨਾ ਵਾਪਰੇ ਜਿਸ ਦੇ ਨਾਲ ਆਮ ਲੋਕਾਂ ਦੇ ਜਿਹੜਾ ਹੈਗਾ ਨੁਕਸਾਨ ਹੋ ਸਕੇ ਹੋ ਜਾਵੇ ਇਸ ਗੱਲ ਨੇ ਜੀ, ਵੀ ਨੁਕਸਾਨ ਨਾ ਹੋਵੇ ਇਸ ਕਰਕੇ ਹਾਈ ਅਲਰਟ ਜਾਰੀ ਕੀਤਾ ਗਿਆ ਜੀ। ਹਾਂਜੀ 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 ਜੀ।
ਹਿਊਸਟਨ ਦੇ ਵਿੱਚ ਜੋ ਸੰਦੀਪ ਸਿੰਘ ਧਾਲੀਵਾਲ ਜਿਹੜੇ ਕਿ ਸਿੱਖ ਪੁਲਿਸ ਅਫਸਰ ਜਿਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ, ਉਹਨਾਂ ਦੇ ਜੋ 2 ਅਕਤੂਬਰ ਨੂੰ ਹਿਊਸਟਨ ਵਿੱਚ ਧਾਲੀਵਾਲ ਡੇ ਮਨਾਉਣ ਦਾ ਐਲਾਨ ਹੋਇਆ ਜੀ। ਹਾਂਜੀ, ਤੁਹਾਨੂੰ ਪਤਾ ਹੋਊਗਾ ਕਿ ਪਿਛਲੇ ਦਿਨੀ ਜਦੋਂ ਹਿਊਸਟਨ ਦੇ ਵਿੱਚ ਜਿਹੜੇ ਧਾਲੀਵਾਲ ਸੰਦੀਪ ਸਿੰਘ ਧਾਲੀਵਾਲ ਜਿਨ੍ਹਾਂ ਦਾ ਸੰਬੰਧ ਪੰਜਾਬ ਦੇ ਨਾਲ ਹੈ, ਉਹ ਕਿਸੇ ਵਿਅਕਤੀ ਨੂੰ ਉਹਨਾਂ ਨੇ ਰੋਕਿਆ ਸੀਗਾ ਉਹਦੇ ਜਿਹੜੇ ਦਸਤਾਵੇਜ਼ ਕਾਗਜ਼ਾਤ ਦੇਖਣ ਦੇ ਵਾਸਤੇ, ਉਸ ਬੰਦੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀਗੀ। ਅਤੇ ਇਸ ਦਾ ਜਿਹੜਾ ਹੈਗਾ ਜਿਹੜਾ ਅਮਰੀਕਾ ਸਰਕਾਰ ਨੇ ਕਾਫੀ ਦੁੱਖ ਮਨਾਇਆ ਤੇ ਕੱਲ ਜਿਹੜਾ ਹੈ ਪਿਛਲੇ ਦਿਨ ਜਿਹੜਾ ਉਹਨਾਂ ਦਾ ਜਦੋਂ ਅੰਤਿਮ ਸੰਸਕਾਰ ਮੌਕੇ ਵੀ ਬਹੁਤ ਵੱਡੇ ਜਿਹੜਾ ਪ੍ਰਬੰਧ ਕੀਤੇ ਗਏ ਸੀ, ਬਿਲਕੁਲ ਸਲਾਮੀਆਂ ਦਿੱਤੀਆਂ ਗਈਆਂ, ਸਲਾਮੀ 21 ਤੋਪਾਂ ਦੇ ਨਾਲ ਸਲਾਮੀ ਦਿੱਤੀ ਗਈ। ਤੇ ਉੱਥੇ ਇਹ ਐਲਾਨ ਕੀਤਾ ਗਿਆ ਕਿ ਜਿਹੜਾ ਹੈਗਾ 2 ਅਕਤੂਬਰ ਹੈ ਧਾਲੀਵਾਲ ਡੇ ਦੇ ਤੌਰ ਤੇ ਮਨਾਇਆ ਜਾਊਗਾ ਇਹ। ਜੀ ਦਰਸ਼ਕ ਜੀ, ਜੇ ਹੁਣ ਅਸੀਂ ਪਿਛਲੇ ਕਈ ਦਿਨਾਂ ਤੋਂ ਖਬਰਾਂ ਲੈ ਰਹੇ ਸੀ ਉਸੇ ਖਬਰ ਵੱਲ ਆਈਏ, ਅਕਾਲੀ ਭਾਜਪਾ ਗੱਠਜੋੜ ਜਿਹੜਾ ਕਾਫੀ ਉਹਨਾਂ ਦੇ ਵਿੱਚ ਆਪਸ ਵਿੱਚ ਜਿਹੜੀ ਆ ਕੜਵੜਾਹਟ ਮਹਿਸੂਸ ਕੀਤੀ ਜਾ ਰਹੀ ਹੈ ਬੀਤੇ ਕੁਝ ਦਿਨਾਂ ਤੋਂ, ਹੁਣ ਤਾਲਮੇਲ ਗੱਠਜੋੜ ਤਾਲਮੇਲ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਕੱਲ੍ਹ ਚੰਡੀਗੜ੍ਹ ਨੂੰ, ਤੁਹਾਨੂੰ ਕੀ ਲੱਗਦਾ ਕੀ ਫੈਸਲਾ ਹੋ ਸਕਦਾ ਉੱਥੇ? ਅਸਲ ਦੇ ਵਿੱਚ ਇਹ ਜਿਹੜੀ ਤਾਲਮੇਲ ਕਮੇਟੀ ਦੀ ਮੀਟਿੰਗ ਹੋ ਰਹੀ ਹੈ, ਇਹ 4 ਜਿਹੜੀਆਂ ਜ਼ਿਮਨੀ ਚੋਣਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਜੀ, ਉਸ ਸੰਦਰਭ 'ਚ ਹੋ ਰਹੀ ਹੈ, ਤਾਂ ਜੋ ਇਹ ਜਿਹੜੀ ਚੋਣਾਂ ਬੜੇ ਡਟ ਕੇ ਲੜੀਆਂ ਜਾ ਸਕਣ ਅਤੇ ਜਿਹੜੀ ਹੈ ਕਾਂਗਰਸ ਨੂੰ ਚੰਗੀ ਟੱਕਰ ਦਿੱਤੀ ਜਾ ਸਕੇ। ਇਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਜਿਹੜੇ ਹੈਗੇ ਸ਼ਵੇਤ ਮਲਿਕ ਸ਼ਾਮਿਲ ਹੋ ਰਹੇ ਨੇ ਜੀ। ਅਸਲ ਦੇ ਵਿੱਚ ਜਿਹੜੀ ਰਿਪੋਰਟਾਂ ਆ ਰਹੀਆਂ ਨੇ ਉਹ ਇਹ ਨੇ ਕਿ ਨਾ ਤਾਂ ਇਸ ਸਮੇਂ ਜਿਹੜੇ ਹੈਗੇ ਅਕਾਲੀ ਭਾਜਪਾ ਨਾਲ ਤੁਰ ਰਹੇ ਨੇ ਅਤੇ ਨਾ ਹੀ ਭਾਜਪਾ ਆਗੂ ਅਕਾਲੀ ਦਲ ਨਾਲ ਚੱਲ ਰਹੇ ਨੇ ਜੀ। ਅਤੇ ਉਹਦਾ ਇੱਕ ਕਾਰਨ ਇਹ ਹੈ ਕਿ ਪਿਛਲੇ ਦਿਨੀ ਜਿਹੜੇ ਹਰਿਆਣੇ ਦੇ ਵਿੱਚ ਇਸ ਗੱਠਜੋੜ ਦੇ ਵਿੱਚ ਤਰੇੜਾਂ ਆਈਆਂ, ਉਹਦਾ ਵੀ ਇੱਕ ਅਸਰ ਕਿਹਾ ਜਾ ਸਕਦਾ। ਅਤੇ ਇਸ ਤੋਂ ਇਲਾਵਾ ਜਿਹੜੇ ਤੁਹਾਨੂੰ ਪਤਾ ਹੀ ਹੈ ਹੁਣ ਜਿਹੜੇ ਭਾਜਪਾ ਆਗੂ ਨੇ ਲਗਾਤਾਰ ਜਿੱਤਾਂ ਦੇ ਕਾਰਨ ਹਿੰਦੁਸਤਾਨ ਦੇ ਵਿੱਚ ਕਾਫੀ ਉਤਸ਼ਾਹਿਤ ਹੋਏ ਹੋਏ ਨੇ, ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਸਾਡੀ ਸਥਿਤੀ ਅੱਗੇ ਨਾਲੋਂ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਜਾ ਰਹੀ ਹੈ। ਅਤੇ ਇਹ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮੇਂ ਜਿਹੜਾ RSS ਅਤੇ ਭਾਜਪਾ ਦਾ ਏਜੰਡਾ ਵੀ ਇਹੀ ਹੈ ਕਿ ਪੰਜਾਬ ਦੇ ਵਿੱਚ ਸਿੱਖ ਜਿਹੜੇ ਲੀਡਰ ਹੈ ਨਾ ਉਹਨਾਂ ਨੂੰ ਆਪਣੇ ਦੇ ਨਾਲ ਜੋੜਿਆ ਜਾਵੇ। ਅਤੇ ਮਤਲਬ ਉਂਝ ਇਕੱਲਾ ਪੰਜਾਬ ਦੇ ਵਿੱਚ ਨਹੀਂ, ਉਹ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਅਜਿਹਾ ਕਰ ਰਹੇ ਨੇ। ਤੁਹਾਨੂੰ ਦਿੱਲੀ ਦੇ ਵਿੱਚ ਜਿਹੜੇ ਹਰਦੀਪ ਸਿੰਘ ਪੁਰੀ ਹੈ ਜੀ, ਉਹਨਾਂ ਨੂੰ ਬਹੁਤ ਜ਼ਿਆਦਾ ਜ਼ਿੰਮੇਵਾਰੀ ਦਿੱਤੀ ਗਏ ਨੇ ਤਾਂ ਜੋ ਜਿਹੜੀਆਂ ਆਪਣੇ ਉੱਥੇ ਚੋਣਾਂ ਹੋਣੀਆਂ ਨੇ ਦਿੱਲੀ ਦੇ ਵਿੱਚ ਵਿਧਾਨ ਸਭਾ, ਉਹਦੇ ਵਿੱਚ ਜਿਹੜੇ ਹਰਦੀਪ ਸਿੰਘ ਪੁਰੀ ਜਿਹੜੇ ਸਿੱਖ ਕਮਿਊਨਿਟੀ ਨੂੰ ਦੀ ਪ੍ਰਤੀਨਿਧਤਾ ਕਰ ਰਹੇ ਨੇ ਵੀ ਵੱਧ ਤੋਂ ਵੱਧ ਸਿੱਖਾਂ ਨੂੰ ਭਾਜਪਾ ਦੇ ਨਾਲ ਜੋੜਿਆ ਜਾਵੇ, ਇਹੀ ਏਜੰਡਾ ਹੁਣ ਉਹਨਾਂ ਦਾ ਪੰਜਾਬ ਦੇ ਵਿੱਚ ਵੀ ਹੈ ਜੀ। ਅਤੇ ਖਾਸ ਤੌਰ 'ਤੇ ਪੰਜਾਬ ਉਹਦਾ ਕਾਰਨ ਇਹ ਵੀ ਹੈ ਕਿ ਜਿਹੜਾ ਇਹਨਾਂ ਨੇ ਹਿੰਦੂ ਰਾਸ਼ਟਰ ਬਣਾਉਣ ਦਾ ਇੱਕ RSS ਨੇ ਯੋਜਨਾ ਬਣਾਈ ਹੋਈ ਹੈ, ਉਹਦੇ ਵਿੱਚ ਜਿਹੜੀ ਰੁਕਾਵਟ ਇਹੀ ਹੈ ਜੰਮੂ ਕਸ਼ਮੀਰ ਅਤੇ ਪੰਜਾਬ, ਬਿਲਕੁਲ ਜੀ। ਠੀਕ ਹੈ, ਇਹ ਦੋਨੇ ਘੱਟ ਗਿਣਤੀਆਂ ਦੇ ਜਿਹੜੇ ਹੈਗੇ ਸੂਬੇ ਹੈਗੇ ਆ, ਅਤੇ ਉਹ ਚਾਹੁੰਦੇ ਆ ਕਿ ਜਿਹੜੇ ਸਿੱਖ ਨੇ ਉਹ ਜਿਹੜੀ ਭਾਜਪਾ ਦੀ ਵਿਚਾਰਧਾਰਾ ਨੂੰ ਅਪਣਾ ਲੈਣ, ਬਿਲਕੁਲ ਜੀ, ਤਾਂ ਜੋ ਇਹ ਅਸੀਂ ਵੱਧ ਤੋਂ ਵੱਧ ਇਹ। ਅਤੇ ਇਸ ਸੰਬੰਧ ਵਿੱਚ ਤਾਂ ਹੋਰ ਵੀ ਕਈ ਰਿਪੋਰਟਾਂ ਆ ਰਹੀਆਂ ਨੇ ਕਿ ਜਿਹੜੇ ਹੈਗਾ ਵੀ ਜਿਹੜੀ ਕਾਂਗਰਸ ਦਾ ਇੱਕ ਵੱਡਾ ਧੜਾ ਭਾਜਪਾ ਵੱਲੋਂ ਤੋੜਿਆ ਜਾ ਰਿਹਾ, ਬਿਲਕੁਲ ਜੀ, ਆਪਣੇ ਆਪਣੇ ਵੱਲ ਖਿੱਚ ਰਹੇ ਨੇ ਵਿਧਾਇਕਾਂ ਸਣੇ ਨਾ ਜਿਹੜਾ ਹੈਗਾ ਕੋਈ ਇੱਕ ਕਿਸੇ ਵੱਡੇ ਲੀਡਰ ਦੇ ਨਾਲ ਉਹਦੇ ਸੰਪਰਕ ਦੱਸੇ ਜਾ ਰਹੇ ਨੇ ਅਤੇ ਉਹਨਾਂ ਨੂੰ ਤੋੜ ਕੇ ਜਿਹੜਾ ਹੈਗਾ ਕਾਂਗਰਸ ਨੂੰ ਕਮਜ਼ੋਰ ਕੀਤਾ ਜਾਵੇ, ਕਿਉਂਕਿ ਵਿਰੋਧੀ ਪਾਰਟੀ ਜਿਹੜੀ ਮੇਨ ਲੋਕਤੰਤਰ ਦਾ ਹੱਬ ਹੈ ਜੀ, ਭਾਜਪਾ ਦਾ ਇੱਕ ਇਹ ਵੀ ਏਜੰਡਾ ਨਾ ਕਿ ਹਿੰਦੁਸਤਾਨ ਨੂੰ ਕਾਂਗਰਸ ਮੁਕਤ ਬਣਾਇਆ ਜਾਵੇ, ਭਾਵ ਕਿ ਵਿਰੋਧੀ ਪਾਰਟੀ ਮੁਕਤ ਜੋ ਵੀ ਡਿਸੀਜਨ ਲਏ ਜਾਣ ਸੁਤੰਤਰ, ਉਹਨੂੰ ਤੋੜ ਕੇ ਜਿਹੜਾ ਹੈਗਾ ਆਪਣਾ ਉਹ ਜਿਹੜੀ ਹੈਗੀ ਭਾਜਪਾ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣਾ ਚਾਹੁੰਦੀ ਹੈ। ਅਤੇ ਇਸੇ ਗੱਲ ਕਰਕੇ ਹੁਣ ਜਿਹੜਾ ਹੈਗਾ ਵੀ ਇਹ 4 ਜਿਹੜੀ ਹੈਗੀ ਆ ਸੀਟਾਂ ਵਾਸਤੇ ਜਿਹੜੀ ਤਾਲਮੇਲ ਕਮੇਟੀ ਹੋ ਰਹੀ ਹੈ ਉਹ ਮੈਂ ਤੁਹਾਨੂੰ ਜਿਹੜਾ ਦੱਸ ਉਹ ਅਲੱਗ ਇੱਕ ਰਿਪੋਰਟ ਸੀਗੀ, ਅਤੇ ਉਹਦੇ ਵਿੱਚ ਇਹ ਵੀ ਹੈ ਕਿ ਇਹ ਦੱਸਿਆ ਜਾ ਰਿਹਾ ਕਿ 3 ਸੀਟਾਂ ਦੇ ਉੱਤੇ ਜਿਹੜੀ ਅਕਾਲੀ ਭਾਜਪਾ ਗੱਠਜੋੜ ਦਾ ਹੱਥ ਉੱਪਰ ਹੈ, ਪਰ ਆਪਸ ਦੇ ਵਿੱਚ ਤਾਲਮੇਲ ਨਾ ਹੋਣ ਕਰਕੇ ਇਹ ਸੀਟਾਂ ਹਾਰੀਆਂ ਵੀ ਜਾ ਸਕਦੀਆਂ ਨੇ। ਜੇਕਰ ਭਾਜਪਾ ਹਾਰਦੀ ਹੈ ਤਾਂ ਇਸ ਦਾ ਦੋਸ਼ ਉਹ ਅਕਾਲੀ ਦਲ ਦੇ ਉੱਤੇ ਲਾਊਗੀ ਵੀ ਅਕਾਲੀਆਂ ਨੇ ਸਾਨੂੰ ਸਾਥ ਨਹੀਂ ਦਿੱਤਾ, ਜੇਕਰ ਉਹ ਜਿੱਤ ਜਾਂਦੀ ਹੈ ਤਾਂ ਇਹਦਾ ਸਿਹਰਾ ਉਹ
ਮੋਦੀ ਨੂੰ ਦੇਣਗੇ ਅਤੇ ਇਸ ਗੱਲ ਕਰਕੇ ਜਿਹੜੀ ਅਕਾਲੀ ਦਲ ਦੀ ਸਥਿਤੀ ਹੈ ਕਾਫੀ ਜ਼ਿਆਦਾ ਕਮਜ਼ੋਰ ਹੋਈ ਹੋਈ ਹੈ ਅਤੇ ਇਸ ਲਈ ਕੁਛ ਜਿਹੜੇ ਹੈਗੇ ਆ ਅਕਾਲੀ ਲੀਡਰ ਨੇ ਉਹ ਤਾਂ ਇਹ ਕਹਿ ਰਹੇ ਨੇ ਕਿ ਹੁਣ ਭਾਜਪਾ ਦੇ ਨਾਲ ਤੋੜ ਵਿਛੋੜਾ ਕਰ ਲੈਣਾ ਜੀ, ਆਪਣੇ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਜੀ। ਬਿਲਕੁਲ, ਅਗਲੀ ਖਬਰ ਵੱਲ ਵਧਦੇ ਹਾਂ ਜੀ। ਕਿਸਾਨਾਂ ਦੀ ਗੱਲ ਕਰ ਲਈਏ ਤਾਂ ਬੇਮੌਸਮੀ ਬਾਰਿਸ਼ ਦੇ ਕਾਰਨ ਕਿਸਾਨਾਂ ਤੇ ਆਫਤਾਂ ਦਾ ਪਹਾੜ ਟੁੱਟ ਗਿਆ ਜੀ। ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਬੜੀ ਬੁਰੀ ਤਰੀਕੇ ਨਾਲ ਰੁਲ ਰਹੀ ਹੈ, ਆੜ੍ਹਤੀਆਂ ਨੇ ਵੀ ਹੜਤਾਲ ਕੀਤੀ ਹੋਈ ਹੈ ਉੱਧਰ। ਹਾਂਜੀ ਜੀ ਮਨਦੀਪ ਜੀ, ਗੱਲ ਇਹ ਹੈ ਵੀ ਇਸ ਸਮੇਂ ਜਿਹੜਾ ਕਿਸਾਨਾਂ ਨੂੰ ਬਹੁਤ ਮਾਰ ਪੈ ਰਹੀ ਹੈ ਜੀ। ਪਿਛਲੇ ਦਿਨੀ ਜਿਹੜੇ ਹੜ੍ਹ ਆਏ, ਹੜ੍ਹਾਂ ਕਾਰਨ ਜਿਹੜੀ ਹੈਗੀ ਫਸਲ ਬਹੁਤ ਜ਼ਿਆਦਾ ਬਿਲਕੁਲ ਜੀ ਬਹੁਤ ਨੁਕਸਾਨ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਹੈਗਾ ਹੁਣ ਜਿਹੜੀ ਵਾਰੀ ਵਾਰੀ ਕੁਛ ਦਿਨ ਪਹਿਲਾਂ ਵੀ ਵਰਖਾ ਹੋਈ, ਰਾਤੀਂ ਵੀ ਬਹੁਤ ਜ਼ਿਆਦਾ ਵਰਖਾ ਹੋਈ ਹੈ, ਉਹਦੇ ਨਾਲ ਜਿਹੜੀ ਹੈਗੀ ਹੈ ਖੜ੍ਹੀ ਫਸਲ ਜਿਹੜੀ ਵਿੱਚ ਵੀ ਜਾਂਦੀ ਹੈ, ਵਿਛਣ ਦੇ ਕਾਰਨ ਜਿਹੜੀ ਹੈਗੀ ਉਸ ਨੂੰ ਪਹਿਲੀ ਗੱਲ ਤਾਂ ਇਹ ਹੈ ਵੀ ਕਟਾਈ ਕਰਨੀ ਔਖੀ ਹੋ ਜਾਂਦੀ ਹੈ, ਕਟਾਈ ਕਰਨੀ ਵੀ ਔਖੀ ਹੋ ਜਾਂਦੀ ਹੈ, ਦੁਬਾਰਾ ਜਦੋਂ ਉਹ ਜਦੋਂ ਪਿਛੜ ਜਾਂਦੀ ਹੈ, ਕਟਾਈ ਵੀ ਪਿਛੜ ਜਾਂਦੀ ਹੈ ਕਿਉਂਕਿ ਜੇ ਫਸਲ ਭਿੱਜ ਜਾਂਦੀ ਹੈ ਉਹਨੂੰ ਸੁੱਕਣ ਨੂੰ ਟਾਈਮ ਵੀ ਲੱਗਦਾ ਅਤੇ ਫਿਰ ਕੰਬਾਈਨਾਂ ਨਹੀਂ ਚੱਲਦੀਆਂ, ਇਹ ਫਿਰ ਇਸ ਗੱਲ ਕਰਕੇ ਬੜੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੀ ਕਾਫੀ ਸਾਰੀ ਫਸਲ ਜਿਹੜੀ ਹੈਗੀ ਹੈ ਮੰਡੀਆਂ ਦੇ ਵਿੱਚ ਵੀ ਆ ਚੁੱਕੀ ਹੈ, ਮੰਡੀਆਂ ਦੇ ਵਿੱਚ ਜੇ ਮੀਂਹ ਪੈਂਦਾ ਤਾਂ ਉਹਦੇ ਵਿੱਚ ਜੇਕਰ ਉਹਨਾਂ ਦੀ ਤੁਰੰਤ ਫਸਲ ਨਹੀਂ ਚੱਕੀ ਜਾਂਦੀ ਤਾਂ ਉਹ ਭਿੱਜ ਵੀ ਜਾਂਦੀ ਹੈ, ਭਿੱਜਣ ਕਰਕੇ ਇਹ ਬੜੀ ਵੱਡੀ ਸਮੱਸਿਆ ਜਿਹੜੀ ਹੈ ਕਿਸਾਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਤੁਹਾਨੂੰ ਇੱਕ ਹੋਰ ਵੀ ਗੱਲ ਦੱਸ ਦਈਏ ਕਿ ਇਹ ਜਿਹੜਾ ਇਕੱਲਾ ਕਿਸਾਨਾਂ ਦੀ ਸਮੱਸਿਆ ਨਹੀਂ ਹੈਗੀ, ਇਹ ਆਮ ਲੋਕਾਂ ਦੀ ਸਮੱਸਿਆ ਹੈਗੀ ਹੈ। ਆਮ ਲੋਕਾਂ ਦੀ ਸਮੱਸਿਆ ਇਸ ਤਰੀਕੇ ਨਾਲ ਹੈ, ਪਿਆਜ਼ ਕਿੰਨਾ ਮਹਿੰਗਾ ਹੋ ਚੁੱਕਿਆ, ਮਹਾਰਾਸ਼ਟਰ ਅਤੇ ਕਰਨਾਟਕਾ ਦੇ ਵਿੱਚ ਹੜ੍ਹ ਆਉਣ ਕਰਕੇ ਪਿਆਜ਼ ਦੀ ਫਸਲ ਨਹੀਂ ਹੋਈ ਹੈਗੀ ਅਤੇ ਪੂਰੇ ਹਿੰਦੁਸਤਾਨ ਨੂੰ ਇਸ ਸਮੱਸਿਆ ਦੇ ਨਾਲ ਦੋ ਚਾਰ ਹੋਣਾ ਪੈ ਰਿਹਾ। ਇਸ ਤੋਂ ਇਲਾਵਾ ਜਿਹੜੀਆਂ ਪੰਜਾਬ ਦੇ ਵਿੱਚ ਸਬਜ਼ੀਆਂ ਨੇ ਉਹ ਵੀ ਜਿਹੜੇ ਹੈਗੇ ਆ ਪਾਣੀ ਮੀਂਹ ਦੇ ਕਾਰਨ ਉਹਨਾਂ ਨੂੰ ਨੁਕਸਾਨ ਪਹੁੰਚ ਰਿਹਾ, ਜੇ ਤਾਂ ਉਹਨਾਂ ਨੂੰ ਨੁਕਸਾਨ ਪਹੁੰਚੂਗਾ ਤਾਂ ਮੰਡੀਆਂ ਦੇ ਵਿੱਚ ਫਸਲ ਨਹੀਂ ਆਊਗੀ ਤਾਂ ਮਹਿੰਗਾ ਜਿਹੜੀ ਜਿੰਨੀ ਵੀ ਆਊਗੀ ਉਹ ਮਹਿੰਗੀ ਆਊਗੀ ਅਤੇ ਆਮ ਲੋਕਾਂ ਨੂੰ ਇਸ ਦੇ ਲਈ ਬਹੁਤ ਜ਼ਿਆਦਾ ਕੀਮਤ ਦੇਣੀ ਪਊਗੀ ਜੀ। ਆੜ੍ਹਤੀ ਜਿਹੜੇ ਹੜਤਾਲ ਤੇ ਬੈਠੇ ਹੋਏ ਨੇ, ਹਾਂਜੀ ਬਿਲਕੁਲ ਜੀ, ਉਹਦੇ ਕਰਕੇ ਵੀ ਕੇਂਦਰ ਸਰਕਾਰ ਦਾ ਫੈਸਲਾ ਹੈ, ਹਾਂਜੀ ਹਾਂ, ਉਹਦੇ ਕਰਕੇ ਵੀ ਜਿਹੜਾ ਹੈ ਕਿਸਾਨਾਂ ਨੂੰ ਬੜਾ ਨੁਕਸਾਨ ਹੋ ਰਿਹਾ ਹੈ ਜੀ। ਦਰਸ਼ਕ ਜੀ ਅੱਗੇ ਵੱਧਦੇ ਹਾਂ, ਕੈਪਟਨ ਸਾਹਿਬ ਦਾ ਇੱਕ ਬਿਆਨ ਆਇਆ, ਕਹਿੰਦੇ ਕਿ ਜਿਵੇਂ ਨਹਿਰਾਂ ਪੱਕੀਆਂ ਹੁੰਦੀਆਂ ਨੇ ਇੱਦਾਂ ਹੀ ਦਰਿਆ ਵੀ ਪੱਕੇ ਹੋਣੇ ਚਾਹੀਦੇ ਨੇ। ਹਾਂਜੀ, ਕੈਪਟਨ ਸਾਹਿਬ ਨੇ ਜਿਹੜਾ ਹੈਗਾ ਕੱਲ੍ਹ ਜਦੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਨੇ ਉਹ ਇਹ ਸੁਝਾਅ ਦਿੱਤਾ ਕਿ ਜਿਹੜੇ ਦਰਿਆ ਦੇ ਕੰਢੇ ਨੇ ਉਹ ਵੀ ਪੱਕੇ ਹੋਣੇ ਚਾਹੀਦੇ ਆ। ਇਹ ਜਿਹੜੀ ਹੈਗੀ ਹੈ ਸਿੰਧੂ ਜਲ ਪ੍ਰਣਾਲੀ ਹੈਗੀ ਹੈ ਉਹਦੇ ਵਿੱਚ ਤਿੰਨ ਦਰਿਆ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਵਗਦੇ ਆ, ਜਿਨ੍ਹਾਂ ਵਿੱਚ ਸਤਲੁਜ, ਬਿਆਸ ਅਤੇ ਰਾਵੀ ਦਰਿਆ ਹੈਗੇ ਆ। ਅਤੇ ਪਿਛਲੇ ਦਿਨ ਤੁਹਾਨੂੰ ਪਤਾ ਹੀ ਆ ਜਦੋਂ ਹੜ੍ਹ ਆਇਆ, ਹੜ੍ਹ ਆਉਣ ਦਾ ਕਾਰਨ ਇਹ ਹੈ ਕਿ ਜਦੋਂ ਬੰਨ੍ਹ ਟੁੱਟਦੇ ਆ ਤਾਂ ਪੂਰੇ ਦਾ ਪੂਰਾ ਜਿਹੜਾ ਹੈਗਾ ਪੰਜਾਬ ਜਿਹੜਾ ਹੈਗਾ ਪਾਣੀ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ। ਅਤੇ ਇਹ ਕੈਪਟਨ ਸਾਹਿਬ ਨੇ ਇਹ ਤਾਂ ਹੀ ਕਿਹਾ ਕਿ ਜਿਹੜੇ ਜਿਸ ਤਰੀਕੇ ਨਾਲ ਅਸੀਂ ਨਹਿਰਾਂ ਨੂੰ ਦੀਆਂ ਸਾਈਡਾਂ ਪੱਕੀਆਂ ਕਰਦੇ ਹਾਂ ਉਸੇ ਤਰੀਕੇ ਨਾਲ ਦਰਿਆਵਾਂ ਦੀਆਂ ਸਾਈਡਾਂ ਵੀ ਪੱਕੀਆਂ ਜਾਣ, ਜਿਹੜੇ ਕਿਨਾਰੇ ਉਹ ਪੱਕੇ ਕੀਤੇ ਜਾਣ। ਤਕਰੀਬਨ 985 ਕਿਲੋਮੀਟਰ ਇਹ ਜਗ੍ਹਾ ਬਣਦੀ ਹੈ ਅਤੇ ਜੇਕਰ ਸਰਕਾਰ ਇਸ ਸੰਬੰਧ ਵਿੱਚ ਕੇਂਦਰ ਸਰਕਾਰ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਜਿਹੜਾ ਹੈ ਇਹ ਹੜ੍ਹਾਂ ਦੀ ਜਿਹੜੀ ਮਾਰ ਪੈਂਦੀ ਹੈ ਉਸ ਤੋਂ ਬਚਿਆ ਵੀ ਜਾ ਸਕਦਾ, ਸਿੰਚਾਈ ਸਕੀਮਾਂ ਵੀ ਨਵੀਆਂ ਆ ਸਕਦੀਆਂ ਅਤੇ ਕਿਸਾਨਾਂ ਨੂੰ ਨਾ ਜਿਹੜਾ ਪਾਣੀ ਬੇਲੋੜਾ ਪਾਕਿਸਤਾਨ ਵੱਲ ਜਾ ਰਿਹਾ ਉਹ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾ ਸਕਦਾ। ਬਿਲਕੁਲ ਜੀ, ਸਿੰਚਾਈ ਜਿਹੜਾ ਸਿਸਟਮ ਆ ਥੋੜ੍ਹਾ ਹੋਰ ਬੈਟਰ ਹੋ ਸਕਦਾ। ਦਰਸ਼ਕ ਜੀ ਜੇ ਹੁਣ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ ਅਮੈਰੀਕਾ ਦੀ ਯੂਨੀਵਰਸਿਟੀ ਦਾ ਇੱਕ ਅਧਿਐਨ ਸਾਹਮਣੇ ਆਇਆ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਜੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਪਰਮਾਣੂ ਜੰਗ ਹੁੰਦੀ ਹੈ ਤਾਂ ਲਗਭਗ 12.5 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਮਨਦੀਪ ਜੀ ਤੁਹਾਨੂੰ ਇਹ ਪਤਾ ਹੀ ਹੈ ਕਿ ਜਿਹੜਾ ਭਾਰਤ ਅਤੇ ਪਾਕਿਸਤਾਨ ਦੋਨੋਂ ਪਰਮਾਣੂ ਸ਼ਕਤੀਆਂ ਨੇ ਜੀ, ਉਂਝ ਜਿਹੜੇ ਫੌਜੀ ਤੌਰ 'ਤੇ ਜਿਹੜੀ ਫੌਜ ਦੀ ਸ਼ਕਤੀ ਹੈ ਉਹ ਭਾਰਤ ਦੀ ਕਾਫੀ ਜ਼ਿਆਦਾ ਹੈ, ਜਿਹੜਾ ਹੈਗਾ ਇਹ ਚੌਥੇ ਸਥਾਨ 'ਤੇ ਆਉਂਦਾ ਭਾਰਤ, ਜਿਹੜਾ ਪਾਕਿਸਤਾਨ ਆਉਂਦਾ 15ਵੇਂ ਸਥਾਨ 'ਤੇ ਜਿਹੜੀ ਰੈਂਕਿੰਗ ਆਈ ਹੈ ਇਸ ਸਮੇਂ। ਅਤੇ ਇਸ ਸਮੇਂ ਜਿਵੇਂ ਧਾਰਾ 370 ਨੂੰ ਜਦੋਂ ਖਤਮ ਕੀਤਾ ਗਿਆ ਤਾਂ ਜਿਹੜਾ ਪਾਕਿਸਤਾਨ ਹੈ ਉਹਨਾਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਹ ਵਾਰ ਵਾਰ ਇਹ ਕਹਿ ਰਹੇ ਨੇ ਕਿ ਜੇਕਰ ਭਾਰਤ ਦਾ ਐਟੀਚਿਊਡ ਜਿਹੜਾ ਹੈਗਾ ਇਸੇ ਤਰੀਕੇ ਦਾ ਰਿਹਾ ਤਾਂ ਦੋਹਾਂ ਮੁਲਕਾਂ ਦੇ ਵਿੱਚ ਜੰਗ ਵੀ ਲੱਗ ਸਕਦੀ ਹੈ ਜੀ। ਪਰਮਾਣੂ ਜੰਗ ਦੀ ਤਾਂ ਬਹੁਤ ਵਾਰ ਗੱਲ ਕੀਤੀ ਉਹਨਾਂ ਨੇ ਅਤੇ ਉਹਨਾਂ ਨੂੰ ਕਿਹਾ ਕਿ ਮਤਲਬ ਇਮਰਾਨ ਖਾਨ ਨੇ ਕਿਹਾ ਕਿ ਇਹ ਜਿਹੜੀ ਜੰਗ ਮਤਲਬ ਟ੍ਰੈਡੀਸ਼ਨਲ ਲੜਾਈ ਜਿਹੜੀ ਰਵਾਇਤੀ ਜੰਗ ਦੇ ਵਿੱਚ
तक सीमित नहीं रह सकती। तो जेकर असी हारांगे तां उहदा कहण तों भाव यह है कि तो परमाणु जंग भी लग सकती है। जे परमाणु जंग लग सकती है तो जेकर पाकिस्तान परमाणु हमला करता है तो भारत भी पिछे नहीं रहेगा। बिल्कुल जी। तो इस गल करके जिहड़ी हैगी है अमरीका की जिहड़ी हैगी है रूटगर्स यूनिवर्सिटी है उत्थे एक अध्ययन किया गया उहदे जिहड़े सह लेखक हैगे ने एलन रबो उन्हां दा एक जिहड़ा आर्टिकल है साइंस एडवांसेस जर्नल दे विच छपिया है। तो उन्होंने कहा है कि जेकर दोहां मुल्कां दे विच इह लड़ाई लगती है तो तकरीबन 12.5 करोड़ लोग मारे जा सकते हैं। तुहानूं याद होगा कि पहला जिहड़ा हमला परमाणु है वह जापान ते होया सी जिहड़ा कि अमरीका ने किया सीगा। तो उसका जिहड़ा हैगा असी हर साल बरसी मनाउंदे आ ते अगस्त महीने दे विच ते उत्थे जिन्ना नुकसान होया सी उस परमाणु हमले दे विच हुण तक उसनूं याद रखा जांदा है। उस दे विच कदे बंदे मरदे ही नहीं हैगे, जे मर जांदे आ वह अलग गल है, जिहड़े बच जांदे आ उह बहुत सारियां बीमारियां तों बिल्कुल जी बिल्कुल जी बीमारियां दे शिकार हो जांदे ने। उन्होंने कहा कि जेकर इन्ने लोग तो मरणगे मरणगे तो उस परमाणु हमले के कारण धमाकों के कारण पूरी दुनिया का जिहड़ा वातावरण है वह तबाह हो खराब हो जूगा तो लोग बीमारियों तो पीड़ित हो जाएंगे। तो इस तो अलावा जिहड़ा हैगा कई जिहड़ियां कुदरती आफतां भी आ सकदियां, भूचाल आ सकदे ने कुछ इस तरीके दे नाल। तो इस गल करके दोहां मुल्कां नूं जिहड़ा हैगा संजम तो कम लेना चाहीदा है ते परमाणु जिहड़े हमले तो मतलब बारे सोचना भी नहीं चाहिए। बिल्कुल जी, हिरोशिमा नागासाकी दे जिहड़े ओह ही ने अज तक दुनिया भुल्ली नहीं हैगी। ते इही गल है कि परमाणु की गल करनी बहुत बहुत खतरनाक है। बिल्कुल जी, त्रास दी वाली गल है जदों कोई परमाणु हथियार दा जिक्र करदा जी। अगे वधदिआं दर्शक जी, पैरिस दे विच जदों वी कोई अणसुखावीं घटना वापरदी है बड़ा अनोखा जिहा लगदा क्योंकि शांति पसंद देश है पैरिस इक। उत्थे हुण इक घटना सामने आई है जदों पुलिस हैडक्वार्टर ते हमला होया, 4 पुलिस वालों की मौत हो गई। तो मनदीप जी गल ये है कि जड़ा पैरिस ज होर यूरोपीय मुल्क ने उत्थे जो अजिहियां घटना वापरदियां तो बहुत ही ज़्यादा मतलब सनसनी फैल जाती है जी। उस जड़ा जिन्हें हमला किया उसने वो आप भी मारे गए तो 4 जड़े है मतलब पुलिस मुलाजम मारे गए ने। तो इस जी घटना है ये अतवादी घटना के नाल जोड़ के देखा जा रहा है क्योंकि जी इस्लामिक स्टेट अतवादी जथेबंदी है वो निशाने के उत्ते जे पछमी मुल्क काफ़ी ज़्यादा है। तो 1915 के पैरिस के इस तरीके का व्डा अतवादी हमला होया जिद 245 लोग मारे गए थे जी। ये विच तां वी कहा जा रहा है कि कयास रहीआं ने कि पुलिस वाला अजे प्रॉपर खबर आई नहीं कि जिहड़ा मुलजम वी पुलिस नाल संबंधित रखदा। हाँ जी, पर किसी नूं वरगलाया जा सकदा है, तुहाडी गल ठीक है, किसी नूं वी वरगलाया जा सकदा है। इस गल करके उत्थे दी जिहड़ी सरकार है इहनूं इस नज़रिए नाल भी देख रही है वी किते इह कोई अतवादी हमला तां नहीं हैगा इस तरीके नाल जी। हाँ जी, की कारण है दर्शक जी कि लोग दूसरों नूं मारन नूं तैयार हो जाते हैं, ऐसा की माइंड जिहड़ा उन्हां दा सैट किया जाता है? असल दे विच जिहड़ी हैगी है इस्लामिक स्टेट है लोगों के इस समय जिहड़े खास तौर पर मुस्लिम लोग ने उन्होंने दिमाग के उत्ते उसने इस तरीके दे नाल अपना विचारधारा ठोस दिती है कि बड़े बड़े पढ़े लिखे जिहड़े हैगे नौजवान भी उस दे जिहड़े हैगे शिकार हो जाते हैं। भारत दे विच भी बहुत सारे जिहड़े नौजवान ने कई जिहड़े दक्षण दे विच फड़े ने वह इस्लामिक स्टेट तो प्रभावित हो के इस्लामिक स्टेट दे विच जिहड़े हैगे अतवादी जथेबंदी विच शामिल हुए ने। कई औरतां शामिल हुई ने ते ओह उत्थे मारे भी गए है ते उन्होंने उहदे दी विचारधारा इही जी है। देखो इन्नी ज़्यादा नुकसानदेह है कि देखो इराक बर्बाद करके रखता, होर बड़े मुल्क ने उन्होंने बर्बाद कर, सिर्फ भारत ही नहीं इंग्लैंड तो भी लड़कियां उन्होंने शामिल हो रही ने। तो इस गल करके जिहड़ियां सरकारां जिहड़ियां पछमी मुल्क ने वह काफ़ी चिंतित ने इस मामले के उत्ते कि जिहड़े हैगे इस्लामिक स्टेट नूं मतलब किवें ना किवें इस नूं खत्म करना चाहिए ਤਾਂ ਜੋ ਜਿਹੜਾ ਹੈਗਾ ਅਜਿਹੀਆਂ ਅੱਤਵਾਦੀ ਘਟਨਾਵਾਂ ਨਾ ਵਾਪਰ। ਦਰਸ਼ਕ ਜੀ ਬਹੁਤ ਧੰਨਵਾਦ ਜੀ, ਹੁਣ ਸਮਾਂ ਹੋ ਗਿਆ ਨਾਰਥ ਅਮਰੀਕਾ ਦੇ ਦਰਸ਼ਕਾਂ ਤੋਂ ਵੀ ਇਜਾਜ਼ਤ ਲੈ ਲੈਂਦੇ ਹਾਂ। ਧੰਨਵਾਦ ਆਪ ਜੀ ਦਾ, ਧੰਨਵਾਦ ਦਰਸ਼ਕਾਂ ਦਾ। ਸ਼ੋਅ ਦੇਖਣ ਦੇ ਲਈ ਹੁਣ ਸਾਨੂੰ ਦਿਓ ਆਗਿਆ ਜੀ, ਸਤਿ ਸ਼੍ਰੀ ਅਕਾਲ।